ਹੌਟ ਸੀਟ ਸੰਗਰੂਰ ਤੇ ਤਮਾਮ ਪਾਰਟੀਆਂ ਦੇ ਉਮੀਦਵਾਰ ਆਹਮੋ ਸਾਹਮਣੇ ਨੇ। ਖਾਸ ਕਰ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨਾਂ ਕਾਰਨ ਚਰਚਾ ਦੇ ਵਿੱਚ ਨੇ। ਹੁਣ ਉਹਨਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਟਿੱਚ ਜਾਣਿਆ। ਮਾਨ ਨੇ ਖੁਦ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਸੋਨੀਆ ਗਾਂਧੀ ਵਰਗੇ ਲੀਡਰਾਂ ਦੇ ਕੱਦ ਦਾ ਦੱਸਿਆ ਹੈ। ਕਿਹਾ ਕਿ ਸੰਗਰੂਰ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਉਹਨਾਂ ਦੇ ਹਾਣ ਦੇ ਨਹੀਂ। ਉੱਧਰ ਜਵਾਬ ਆਪ ਉਮੀਦਵਾਰ ਅਤੇ ਕੈਬਨਿਟ ਮੰਤਰੀ ਮੀਤ ਹਿਰ ਨੇ ਵੀ ਦਿੱਤਾ ਹੈ। ਆਰ ਸਾਹਿਬ ਜੀ, ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲਏ ਹੋ, ਸੋਨੀਆ ਗਾਂਧੀ ਨੂੰ ਲਏ ਹੋ, ਹੈਂ ਐਵੇਂ ਹੈ ਡੱਡੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ। ਮੈਂ ਸੰਗਰੂਰ ਦਾ ਭਾਈ, ਮੈਂ ਐਡਾ ਵੱਡਾ ਲੀਡਰ ਨਹੀਂ, ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ। ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣੇ ਆ ਪਤਾ ਹੋ ਵੀ ਮੋਦੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਸੋਨੀਆ ਗਾਂਧੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਜਾ ਕੇ ਉੱਥੋਂ ਲੜ ਲੈਂਦੇ। ਸੰਗਰੂਰੋਂ ਵੀ ਮਾਨ ਸਾਹਿਬ ਬਾਹਰੋਂ ਆ ਕੇ ਲੜਦੇ ਆ, ਅਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ, ਉਹਨਾਂ ਨੂੰ ਬਹੁਤ ਛੋਟਾ। ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 'ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓਂ, ਅਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤਿਆ ਤਾਂ ਮਾਨ ਸਾਹਿਬ ਨੂੰ ਮੈਨੂੰ ਲੱਗਦਾ 5,000 ਜਿਹੜੀ ਵੋਟ ਹੈ ਜਿਹੜੀ ਪਈ ਸੀ, ਪਰ ਉਹ ਜਿਤਾਉਣ ਹਰਾਉਣ ਵਾਲੇ ਲੋਕ ਹੈ, ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ। ਸੋ ਪਤਾ ਨਹੀਂ ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲੇ ਆ ਕੇ ਕਾਹਨੂੰ ਲੜਨਾ ਸੀ, ਉਦੋਂ ਵੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਹੈਗੇ ਸੀ, ਬਾਦਲ ਸਾਹਿਬ ਹੈਗੇ ਸੀ ਲੰਬੀਓਂ, ਉੱਥੋਂ ਜਾ ਕੇ ਲੜ ਲੈਂਦੇ ਜੇ ਹੁਣ ਮੋਦੀ ਅਤੇ ਉਹਨਾਂ ਦੀਆਂ ਗੱਲਾਂ ਕਰਦੇ।